नानक नाम चढ़दी कला तेरे भाणे सरबत दा भला। वेलकम टू द स्पिरिचुअल जर्नी दर्शन सागर। आप सब जी का आप जी दे इस चैनल ते निघा स्वागत है। ते हमेशा दी तरह आप जी नूं पता है कि इस चैनल ते असीं हजूर महाराज दर्शन दास जी दीआं गल्लां ते मिशन दीआं गल्लां करदे हां ते मिशन बारे जानकारी दिंदे हां ते लैंदे हां। ते आप सब जी नूं वधाइयां जो कल लोनी दरबार की वरेगंढ सी 43 वरेगंढ सी 1977 दे विच हजूर महाराज जी ने की कहिंदे शुरुआत की सी। ते जिस तरह आप जी सवाल करते हो सवाल मैं पूछते हो लिख के भेजते हो तो सोना जी दे कोल क्वेश्चन हैगे ने ते मैं पूछ रहे सीगे ते मैं क्या भी अगर आप जी ने क्वेश्चन पूछने हैं तो आप जी खुद आके पूछो। जिस तरह मैं आप जी अगे भी क्या करना कि आप जी आओ तो पूछो। तो ये एक डिस्कशन है कि कहते रब की गल करनी ये एक भगती है सेवा करनी सेवा का फल मिलना है। सो जो गुरु की गल नहीं करता गुरु दी गल्ला नहीं करता तो अपने मित्र दी गल्ला नहीं करता फिर कह दी गल्ला करता। तो अज सोना जी ने पूछते हैं सोना जी नानक नाम चढ़दी कला तेरे भाणे सरबत दा भला। नानक नाम चढ़दी कला तेरे भाणे सरबत दा भला। धन गुरु दर्शन दास जी। धन गुरु दर्शन जी आप जी का स्वागत है जी। थैंक यू आप जी का। तो सोना जी अगे तो चलो आप जी दे नाल पहली बारी मुलाकात हुई सेवका ने भी आप जी नूं देखिया सुनिया बहुत इंस्पायर होए बड़िया दे मैसेज भी आए कि भी ना जोश है कि आप जी तिलक लगाते हो वर्दी पाते हो ये सारे च होना चाहिए ना। अज आप जी दसो कि आप जी संगत वास्ते की लैके आए हो अज की सवाल जवाब ने। हां जी दास जी मैं मेरे भी मन च सीगे सवाल जवाब ते बाकी मेरे वर्गे होर भी जेड़े दास धर्म दे नाल जुड़े हुए आ ओ आप जी तो को सब तो पहले तो मैं आप जी तो पूछना चाहुंदी सी दास जी भी आप जी गुरु महाराज जी नाल कदों ते किवें जुड़े आप जी बारे मैं पूछना चाहुंदी हां जी कुछ आप अपने बारे दसो। ए मेरी जर्नी शुरू हो गई है ਸਾਡੇ ਵਾਸਤੇ ਆਪ ਜੀ ਦੀ ਜਰਨੀ ਵੀ ਕਹਿੰਦੇ ਬਹੁਤ ਜ਼ਰੂਰੀ ਹੈ ਨਾ ਦਾਸ ਜੀ। ਇਦਾਂ ਸੋਨਾ ਜੀ ਕਿ ਇਹ ਬਹੁਤ ਲੰਬੀ ਸਟੋਰੀ ਹੈ ਬਹੁਤ ਲੰਬੀ ਜਰਨੀ ਹੈ ਤੇ ਇਹ ਛੇਤੀ ਕਿਤੇ ਇੰਨੀ ਵਿਖਿਆ ਨਹੀਂ ਕੀਤੀ ਜਾ ਸਕਦੀ ਪਰ ਮੈਂ ਥੋੜ੍ਹਾ ਸ਼ੋਰਟ 'ਚ ਥੋੜ੍ਹਾ ਦੱਸਾਂਗਾ ਕਿਉਂਕਿ ਫਿਰ ਕਦੀ ਸਮਾਂ ਆਏਗਾ ਤੇ ਪੂਰੀ ਇਹ ਕਰਾਂਗੇ ਕਿਉਂਕਿ ਬਹੁਤ ਲੰਮੀ ਹੈ ਸਟੋਰੀ। ਤੇ ਇਹ ਹੈਗਾ ਕਿ ਮਹਾਰਾਜ ਜੀ ਕੀ ਕਹਿੰਦੇ ਕਿ ਜਦੋਂ ਅਲਾਈਟਮੈਂਟ ਹੋਈ ਮਹਾਰਾਜ ਜੀ ਨੂੰ ਜੋਤ ਮਿਲੀ ਤੇ ਹਜੂਰ ਮਹਾਰਾਜ ਜੀ ਆਪਣਾ ਪੰਜਾਬ ਬਟਾਲੇ ਤੋਂ ਕਪੂਰਥਲਾ ਆਇਆ ਕਰਦੇ ਸੀਗੇ ਤੇ ਉਦੋਂ ਉਸ ਦੌਰਾਨ ਸਾਡੇ ਵੀ ਪਰਿਵਾਰ ਦੇ ਨਾਲ ਉਹਨਾਂ ਦੀ ਮੁਲਾਕਾਤ ਹੋ ਗਈ। ਡੈਡੀ ਬਹੁਤ ਜ਼ਿਆਦਾ ਇੰਪ੍ਰੈਸ ਹੋਏ ਸੋ ਡੈਡੀ ਜਿਹੜੀ ਸੀ ਉਹਨਾਂ ਦੇ ਨਾਲ ਆਉਣਾ ਜਾਣਾ ਅਤੇ ਆਇਆ ਜਾਇਆ ਕਰਦੇ ਸੀਗੇ ਸਾਰਾ ਪਰਿਵਾਰ ਮੀਟ ਸ਼ਰਾਬ ਜੋ ਪੰਜਾਬ ਚੱਲਦਾ ਖਾਣ ਪੀਣ ਵਾਲੇ ਘਰ ਸੀ ਅਤੇ ਅਸੀਂ ਬੱਚੇ ਸੀਗੇ ਅਤੇ ਕੋਈ ਇੰਨੀ ਸਮਝ ਨਹੀਂ ਸੀਗੀ ਅਤੇ ਬਾਬਾ ਜੀ ਆ ਜਾਂਦੇ ਸੀ ਬਾਬਾ ਜੀ ਅਤੇ ਇਹ ਛੋਟੀ ਜਿਹੀ ਮੈਂ ਆਪ ਜੀ ਨੂੰ ਦੱਸ ਰਿਹਾ ਉੱਥੋਂ ਫਿਰ ਇਹ ਪਰਿਵਾਰ ਜੁੜ ਗਿਆ ਪਰ ਆਪਣਾ ਇੰਨਾ ਮਨ 'ਚ ਨਹੀਂ ਸੀ ਹੈਗਾ। ਅੱਛਾ ਜੀ ਆਪ ਜੀ ਦਾ ਜਨਮ ਕਿਹੜੀ ਜਗ੍ਹਾ ਹੋਇਆ ਸੀ ਦਾਸ ਜੀ ਤੇ ਕਿੰਨੇ ਸਾਲ ਵਿੱਚ ਹੋਇਆ ਸੀ ਦਾਸ ਜੀ? ਮੇਰਾ ਜਨਮ ਤੇ ਮੈਨੂੰ ਕਪੂਰਥਲਾ ਅੱਛਾ ਸ਼ਹਿਰ ਦੇ ਵਿੱਚ ਜਿੱਥੇ ਹਜੂਰ ਮਹਾਰਾਜ ਦਰਸ਼ਨ ਦਾਸ ਦੀ ਸ਼ਾਦੀ ਹੋਈ ਜਿੱਥੇ ਮਹਾਰਾਜ ਅੱਛਾ ਜੀ ਤ੍ਰਿਲੋਚਨ ਦਰਸ਼ਨ ਦਾਸ ਦੇ ਨਾਨਕੇ ਠੀਕ ਹੈ ਅੱਛਾ ਜੀ ਤੇ ਉਹ ਸ਼ਹਿਰ ਜਿੱਥੇ ਹਾਂਜੀ ਇਹ ਫਲ ਪਿਆ ਸੀਗਾ ਜਿਸ ਤੋਂ ਪਹਿਲਾਂ ਵੀ ਮੈਂ ਸਟੋਰੀ ਸੁਣਾਈ ਸੀਗੀ ਕਿ ਵੀ ਤ੍ਰਿਲੋਚਨ ਮਹਾਰਾਜ ਜੀ ਤੇ ਉਹਨਾਂ ਦੇ ਬ੍ਰਦਰ ਦਾਸ ਧਿਆਨੂ ਜੀ ਇਹ ਫਲ ਉਹਨਾਂ ਨੂੰ ਕਪੂਰਥਲਾ ਬਾਬਾ ਜੀਤ ਜੀ ਜਿਹੜੇ ਕਿ ਉਸ ਵੇਲੇ ਗੱਦੀ ਦੇ ਮੁੱਖ ਸੇਵਾਦਾਰ ਹੁੰਦੇ ਸੀ ਬਾਬਾ ਜੀ ਉਹਨਾਂ ਨੇ ਇਹ ਫਲ ਪਾਇਆ ਸੀ ਤੇ 1978 ਦੇ ਵਿੱਚ ਉਹਨਾਂ ਦਾ ਜਨਮ ਹੋਇਆ। ਸੋ ਉਹ ਸ਼ਹਿਰ ਭਾਗਾਂ ਵਾਲਾ ਕਪੂਰਥਲਾ
ਜਿੱਥੇ ਹਜੂਰ ਮਹਾਰਾਜ ਜੀ ਦੀ ਸ਼ਾਦੀ ਹੋਈ, ਉੱਥੇ ਹੀ ਕੀ ਕਹਿੰਦੇ ਸਾਡਾ ਇੱਕ ਪਰਿਵਾਰ ਸੀ, ਜਿੱਥੇ ਸਾਡਾ ਵੀ ਜਨਮ ਹੋਇਆ। ਤੇ ਇਹ ਹਾਂਜੀ ਆਪ ਜੀ ਦੱਸ ਦੱਸੋ, ਇੱਕ ਮੈਨੂੰ ਪਹਿਲਾਂ ਤੁਸੀਂ ਦੱਸੋ, ਜਿਸ ਤਰ੍ਹਾਂ ਆਪ ਜੀ ਦਾ ਮੈਂ ਹਾਂਜੀ ਜਦੋਂ ਆਪ ਜੀ ਫੋਨ ਕੀਤਾ ਮੈਨੂੰ, ਤੇ ਹੋਰ ਵੀ ਮੈਂ ਕਿਸੇ ਨੂੰ ਫੋਨ ਕਰਦਾ ਇੰਡੀਆ, ਤੇ ਧੰਨ ਹਾਂਜੀ ਗੁਰੂ ਦਰਸ਼ਨ ਸਾਰੇ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਿਉਂ ਨਹੀਂ ਕਹਿੰਦੇ। ਦਾਸ ਜੀ, ਇਹ ਤਾਂ ਤੁਹਾਡੇ ਵਰਗੇ ਜਿਹੜੇ ਦਾਸ ਹੈਗੇ ਆ ਸਾਨੂੰ ਉਹ ਹੀ ਦੱਸ ਸਕਦੇ ਆ। ਅੱਜ ਕੱਲ ਜਦੋਂ ਹੁਣ ਅਸੀਂ ਕਿਸੇ ਨੂੰ ਮਿਲਦੇ ਆ ਸਾਨੂੰ ਬਸ ਸਾਰੇ ਧੰਨ ਗੁਰਦਰਸ਼ਨ ਕਹਿੰਦੇ ਆ ਦਾਸ ਜੀ। ਇਹ ਸਾਨੂੰ ਗਾਂ ਤੁਸੀਂ ਦੱਸੋ ਵੀ ਸਾਰਿਆਂ ਨੂੰ ਵੀ ਸਾਨੂੰ ਦਰਸ਼ਨ ਮਹਾਰਾਜ ਨੇ ਕਿਵੇਂ ਕਿਹਾ ਸੀ ਵੀ ਆਪਾਂ ਜਦੋਂ ਵੀ ਇੱਕ ਦਾਸ ਦੂਜੇ ਦਾਸ ਨੂੰ ਮਿਲੂਗਾ ਉਹਨੇ ਸਭ ਤੋਂ ਪਹਿਲਾਂ ਉਹਨੂੰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਹਿਣਾ ਦਾਸ ਜੀ, ਇਸ ਬਾਰੇ ਸਾਨੂੰ ਦੱਸੋ ਦਾਸ ਜੀ। ਦੇਖੋ ਗੁਰੂ ਜੀ ਦਾ ਜਿਹੜੇ ਸਾਡੇ ਰਹਿਬਰ ਨੇ ਉਹਦਾ ਨਾਂ ਲੈਣਾ, ਹਰ ਸਾਹ ਦੇ ਨਾਲ ਹਰ ਸਵਾਸ ਦੇ ਨਾਲ ਉਹਦਾ ਨਾਮ ਲੈਣਾ ਚਾਹੀਦਾ ਹੈ ਔਰ ਲਿਆ ਜਾਣਾ ਚਾਹੀਦਾ, ਠੀਕ ਹੈ ਨਾ, ਹਰ ਸਾਹ ਦੇ ਨਾਲ, ਕਿਉਂਕਿ ਸਾਡੇ ਗੁਰੂ ਨੇ ਸਾਡੇ ਰਹਿਬਰ ਨੇ। ਤੇ ਇਸ ਵੇਲੇ ਜਿਹੜੀ ਗੱਲ ਹੋ ਰਹੀ ਹੈ ਕਿ ਜਿਹੜੇ ਸਾਡੇ ਗੁਰੂ ਰਹਿਬਰ ਨੇ ਜਿਹਦੇ ਮਗਰ ਅਸੀਂ ਲੱਗੇ ਹਾਂ, ਫਾਲੋ ਕਰਦੇ ਹਾਂ ਸਾਡੇ ਦਾਤੇ ਦੇ ਮਗਰ, ਤੇ ਉਹਨਾਂ ਦੇ ਜੋ ਕਹਿੰਦੇ ਨੇ ਜੋ ਵੱਡੇ ਕਹਿਣ ਤੇ ਉਹਨਾਂ ਨੂੰ ਮੰਨਣਾ ਚਾਹੀਦਾ, ਪਰਿਵਾਰ ਦੇ ਵਿੱਚ ਇਹ ਹੁੰਦਾ ਨਾ ਕਿ ਵੱਡਿਆਂ ਦੀ ਗੱਲ ਮੰਨੋ। ਤੇ ਹਾਂਜੀ ਸਾਡੇ ਵੱਡੇ ਸਾਡੇ ਗੁਰੂ ਮਹਾਰਾਜ ਦਰਸ਼ਨ ਦਾਸ ਨੇ, ਤੇ ਜੋ ਕੁਝ ਹਾਂਜੀ ਸਿੱਖਿਆ ਉਹਨਾਂ ਕੋਲ ਸਿੱਖਿਆ, ਉਹਨਾਂ ਨੇ ਕਿਹਾ, ਹਾਂਜੀ ਉਹਨਾਂ ਨੇ ਇਹ ਰੂਲ ਬਣਾਏ ਸੀ, ਸੂਲ ਬਣਾਏ ਸੀ ਕਿ ਸਭ ਤੋਂ ਪਹਿਲਾਂ ਮੈਂ ਆਪ ਜੀ ਨੂੰ ਦੱਸਦਾ ਕਿ ਜਦੋਂ ਨਵੇਂ ਨਵੇਂ ਹਾਂਜੀ ਮਹਾਰਾਜ ਦੇ ਨਾਲ ਜੁੜੇ ਸੀ ਤੇ ਉਦੋਂ ਅਸੀਂ ਹੱਥ ਜੋੜ ਕੇ ਇੱਕ ਦੂਜੇ ਨੂੰ ਕਹਿੰਦੇ ਜੈ ਦਾਤੇ ਦੀ, ਅੱਛਾ ਠੀਕ ਜੀ ਹੈ, ਜੈ ਦਾਤੇ ਦੀ, ਤੇ ਹਾਂਜੀ ਜਦੋਂ ਵੀ ਮਿਲਦੇ ਸੀ ਜੈ ਦਾਤੇ ਦੀ, ਠੀਕ ਹੈ, ਇਹ ਉਹਨਾਂ ਨੇ ਕਿਹਾ, ਠੀਕ, ਧੰਨ ਗੁਰੂ ਹਾਂਜੀ ਦਰਸ਼ਨ ਨਹੀਂ ਜਾਂ ਧੰਨ ਬਾਬਾ ਦਰਸ਼ਨ ਨਹੀਂ, ਜੈ ਦਾਤੇ ਦੀ ਉਹਨਾਂ ਨੇ ਕਿਹਾ, ਹਾਂਜੀ ਠੀਕ ਹੈ, ਜੋ ਉਹਨਾਂ ਨੇ ਕਿਹਾ ਉਹਦੇ 'ਚ ਬਰਕਤ ਹੈ, ਪਾਵਰ। ਹਾਂਜੀ ਫਿਰ ਉਸ ਤੋਂ ਬਾਅਦ ਜਦੋਂ ਦਾਸ ਧਰਮ ਦੀ ਸਿਰਜਣ ਸਾਜਨਾ ਹੋਈ, ਦਾਸ ਧਰਮ ਦਾ ਜਨਮ ਹੋਇਆ, ਹਜ਼ੂਰ ਮਹਾਰਾਜ ਨੇ ਦਾਸ ਧਰਮ ਬਣਾਇਆ, ਸ਼ੁਰੂਆਤ ਕੀਤੀ, ਜੋ ਕਿ ਹੁਣ 16 ਫਰਵਰੀ ਨੂੰ ਇਸ ਅਗਲੇ ਮਹੀਨੇ ਆਉਣਾ ਹੈ ਦਿੱਲੀ ਦੇ ਵਿੱਚ ਲੋਨੀ ਦਰਬਾਰ 'ਚ। ਤੇ ਉਸ ਵੇਲੇ ਹਜ਼ੂਰ ਮਹਾਰਾਜ ਜੀ ਨੇ ਉਹ ਧਰਮ ਬਣਾ ਕੇ ਤੇ ਉਹਦੇ ਕੁਝ ਅਸੂਲ ਤੇ ਰੂਲ ਦਿੱਤੇ ਸੀ, ਠੀਕ ਹੈ, ਜਿਸ ਤਰ੍ਹਾਂ ਮੈਂ ਆਪ ਜੀ ਨੂੰ ਕਿਹਾ ਵਰਦੀ ਪਾਣੀ, ਤਿਲਕ ਲਾਣਾ, ਮੱਥੇ ਤਿਲਕ ਲਾਣਾ, ਉਦੋਂ ਹਜ਼ੂਰ ਮਹਾਰਾਜ ਜੀ ਨੇ ਉਹ ਕਹਿੰਦੇ ਕਿ ਉਹਨਾਂ ਨੂੰ ਉਹਦੇ ਪਰਮਾਤਮਾ ਕੋਲੋਂ, ਜਿਹਨੂੰ ਉਹ ਆਪਣਾ ਰੱਬ ਕਹਿੰਦੇ ਸੀ ਨਾਨਕ ਪਾਤਸ਼ਾਹ, ਉਸ ਨਾਨਕ ਨੇ ਉਹਨਾਂ ਨੂੰ ਇਹ ਦਿੱਤਾ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਮਹਾਰਾਜ ਜੀ ਨੇ ਉਸ ਤੋਂ ਇਹ ਐਲਾਨ ਕੀਤਾ ਕਿ ਹਰ ਸੇਵਕ ਜਦੋਂ ਇੱਕ ਦੂਸਰੇ ਨੂੰ ਮਿਲਿਆ ਕਰੇਗਾ ਤੇ ਉਹ ਬੋਲੇਗਾ ਨਾਨਕ ਨਾਮ ਚੜ੍ਹਦੀ ਕਲਾ, ਦੂਸਰਾ ਤੇਰੇ ਭਾਣੇ ਸਰਬੱਤ ਦਾ ਭਲਾ। ਹਾਂਜੀ ਉਹ ਕਹਿੰਦੇ ਸੀ ਕਿ ਦੇਖੋ ਇਸ ਸੰਸਾਰ ਦੇ ਵਿੱਚ, ਇਸ ਜ਼ਮਾਨੇ 'ਚ ਆਪ ਜੀ ਭਲਾ ਕਰਨਾ ਬਹੁਤ ਮੁਸ਼ਕਲ ਆ, ਨਹੀਂ ਕਰ ਸਕਦੇ ਸਾਰੇ ਜਣੇ, ਨਹੀਂ ਕਰ ਸਕਦੇ। ਤੇ ਕਹਿੰਦੇ ਤੁਸੀਂ ਸਵੇਰੇ ਉੱਠ ਕੇ ਆਪਣੇ ਵਾਸਤੇ ਰੱਬ ਕੋਲੋਂ ਮੰਗਦੇ ਹੋ, ਦਾਤਾ ਮੈਨੂੰ ਇਹ ਕਰ ਦੇ, ਦਾਤਾ ਮੇਰੇ ਫੈਮਿਲੀ ਦਾ ਭਲਾ ਕਰ ਦੇ, ਮੇਰੇ ਘਰ ਦਾ ਭਲਾ ਕਰ ਦੇ, ਮੇਰੇ ਘਰ ਦਾ ਸੁੱਖ ਕਰ ਦੇ, ਤੇ ਕਹਿੰਦੇ ਕਿਉਂ ਨਾ ਹੋਵੇ, ਉਹ ਤੁਸੀਂ ਆਪਣੇ ਵਾਸਤੇ ਮੰਗਦੇ ਹੋ ਤੇ ਇਹਦੇ ਨਾਲ ਇਹ ਕਿਉਂ ਨਾ ਹੋਵੇ, ਕਹਿੰਦੇ ਇੱਕ ਤੀਰ ਨਾਲ ਦੋ ਨਿਸ਼ਾਨੇ, ਕਿ ਤੁਸੀਂ ਆਪਣਾ ਵੀ ਭਲਾ ਮੰਗੋ ਤੇ ਸਾਰਿਆਂ ਦਾ ਭਲਾ ਮੰਗੋ। ਇਸ ਲਈ ਉਹ ਕਹਿੰਦੇ ਕਿ ਤੁਸੀਂ ਕਰ ਨਹੀਂ ਸਕਦੇ ਭਲਾ, ਕਮ ਸੇ ਕਮ ਜਦੋਂ ਕਿਸੇ ਨੂੰ ਮਿਲਦੇ ਹੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਜਿੰਨੀ ਵਾਰੀ ਆਪ ਜੀ ਕਹੋਗੇ ਓਨੀ ਵਾਰੀ ਆਪ ਜੀ ਦੀ ਰਸਨਾ ਪਵਿੱਤਰ ਹੋਏਗੀ, ਓਨੀ ਵਾਰੀ ਇਹ ਕਿ ਆਪ ਜੀ ਨੇ ਸਰਬੱਤ ਦੇ ਭਲੇ ਵਾਸਤੇ ਫਰਿਆਦ ਕੀਤੀ, ਰੱਬ ਦੇ ਅੱਗੇ ਅਰਦਾਸ ਕੀਤੀ, ਇਹਦਾ ਵੀ ਤੁਹਾਨੂੰ ਫਲ ਹਾਂਜੀ ਮਿਲਣਾ। ਸੋ ਇਸ ਕਰਕੇ ਹਜ਼ੂਰ ਮਹਾਰਾਜ ਜੀ ਨੇ ਕਿਹਾ, ਅਗਰ ਹਜ਼ੂਰ ਮਹਾਰਾਜ ਜੀ ਨੂੰ ਪਤਾ ਸੀ ਇਹ ਮਿਸ਼ਨ ਦਾ ਜਿੰਨਾ ਚਲਾਇਆ, ਤੇ ਫਿਰ ਜੋ ਉਹਨਾਂ ਨੇ ਕਿਹਾ ਉਹ ਮਿਲਣਾ ਚਾਹੀਦਾ ਨਾ, ਠੀਕ ਹਾਂਜੀ ਹੈ, ਜੇ ਉਹਨਾਂ ਨੇ ਕਿਹਾ ਤੇ ਇਹਦੇ 'ਚ ਕੋਈ ਦੱਸ ਦਿਓ ਇੱਕ ਮਤਲਬ ਹੈ ਮੈਂ ਆਪ ਜੀ ਨੂੰ ਜੀ? ਹਾਂਜੀ ਦੱਸ ਦੀ ਇੱਕ ਮੈਂ ਆਪ ਜੀ ਨੂੰ ਕੁਐਸਚਨ ਕਰਨਾ ਚਾਹੁੰਦੀ ਹਾਂ ਵੀ ਜਦੋਂ ਆਪਣੀ ਦੁਨੀਆ ਤੇ ਚਾਰ ਧਰਮ ਪਹਿਲਾਂ ਹੀ ਸੀਗੇ ਜੀ ਤੇ ਦਰਸ਼ਨ ਮਹਾਰਾਜ ਨੂੰ ਕਲਯੁਗ ਯੁਗ ਦੇ ਵਿੱਚ ਦਾਸ ਧਰਮ ਦੀ ਸਥਾਪਨਾ ਕਿਉਂ ਕਰਨੀ ਪਈ? ਦੇਖੋ ਇਸ ਤਰ੍ਹਾਂ ਕਿ ਜਦੋਂ ਦਾ ਰੱਬ ਨੇ ਇਹ ਸ੍ਰਿਸ਼ਟੀ ਬਣਾਈ ਹੈ, ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ,
ਤੇ ਹਾਂਜੀ ਉਹ ਆਪਣੀ ਸ੍ਰਿਸ਼ਟੀ ਦੇ ਨਾਲ ਹੀ ਚਲਾਉਂਦਾ ਹੈ ਔਰ ਉਹਦਾ ਸੰਵਿਧਾਨ ਹੈਗਾ। ਹਰ ਯੁੱਗ ਦੇ ਵਿੱਚ ਉਹਨੇ ਕੋਈ ਨਾ ਕੋਈ ਮਹਾਂਪੁਰਖ ਨੂੰ ਪੈਦਾ ਕੀਤਾ ਤੇ ਉਹਦਾ ਉਹਨੂੰ ਇੰਚਾਰਜ ਬਣਾਇਆ। ਕਹਿ ਲਓ ਕਿ ਜਦੋਂ ਗਵਰਨਮੈਂਟ ਆਉਂਦੀ ਹੈ ਤੇ ਉਹਦਾ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਹੁੰਦਾ ਉਸ ਸਮੇਂ ਦਾ, ਉਸ ਟਾਈਮ ਦਾ, ਫਿਰ ਉਹ ਉਸ ਕੰਟਰੀ ਨੂੰ ਰੂਲ ਕਰਦਾ। ਇਸ ਤਰ੍ਹਾਂ ਹੀ ਰੱਬ ਨੇ ਆਪਣੀ ਇਸ ਜੋ ਪਰਜਾ ਬਣਾਈ ਹੈ, ਜੋ ਆਪਣੀ ਦੁਨੀਆ ਬਣਾਈ ਹੈ, ਉਹਦੇ ਤੇ ਉਹਨੂੰ ਕਿ ਉਹ ਭਟਕੇ ਨਾ ਤੇ ਰੱਬ ਦਾ ਰਸਤਾ ਦਿਖਾਉਣ ਵਾਸਤੇ, ਹਮੇਸ਼ਾ ਰੱਬ ਦੇ ਪਾਸੇ ਲੱਗਣ ਵਾਸਤੇ ਉਹ ਹਰ ਯੁੱਗ 'ਚ ਕਿਸੇ ਨਾ ਕਿਸੇ ਨੂੰ ਭੇਜਦਾ, ਡਿਊਟੀ ਲਾਉਂਦਾ। ਜਿਸ ਤਰ੍ਹਾਂ ਪਿੱਛੇ ਆਪ ਜੀ ਲਾ ਲਓ, ਰਾਮਚੰਦਰ ਜੀ ਆਏ, ਫਿਰ ਕ੍ਰਿਸ਼ਨ ਮਹਾਰਾਜ ਜੀ ਆਏ, ਮੁਹੰਮਦ ਸਾਹਿਬ ਆਏ, ਫਿਰ ਆਪਣੇ ਜੀਸਸ ਕ੍ਰਾਈਸਟ ਆਏ, ਬੁੱਧ ਆਏ। ਸੋ ਇਦਾਂ ਉਹਨੇ ਜਿਹੜੇ ਆਪਣੇ ਪੈਗੰਬਰ ਰਹਿਬਰ ਭੇਜੇ, ਉਹ ਜਿਹੜੇ ਪੂਰਨ ਪੈਗੰਬਰ ਰਹਿਬਰ ਹੋਏ ਉਹ ਆਮ ਸੰਤਾਂ ਵਾਂਗੂ ਨਹੀਂ ਸੀ। ਜਿਸ ਤਰ੍ਹਾਂ ਇਸ ਵੇਲੇ ਦੁਨੀਆ ਵਿੱਚ ਬੜੇ ਸੰਤ ਮਹਾਤਮਾ ਨੇ, ਲੇਕਿਨ ਉਹ ਸੰਤ ਮਹਾਤਮਾ ਨੇ, ਪਰ ਕਿਸੇ ਸੰਤ ਮਹਾਤਮਾ ਨੇ ਆਪਣਾ ਉਹ ਨਹੀਂ ਬਖਸ਼ਿਆ ਜੋ ਗੁਰੂ ਮਹਾਰਾਜ ਨੇ ਬਖਸ਼ਿਆ। ਜਿਸ ਤਰ੍ਹਾਂ ਚਾਰੋ ਧਰਮ ਹੋਏ, ਚਾਰੋ ਧਰਮਾਂ ਦਾ ਸਿੰਬਲ ਹੈਗਾ, ਚਾਰੋਂ ਧਰਮਾਂ ਦੇ ਕੀ ਕਹਿੰਦੇ ਆ, ਚਾਰੇ ਧਰਮਾਂ ਦਾ ਪੈਰ ਹੈਗੇ ਆ ਕਿ ਉਹਦੇ ਸਿਧਾਂਤ ਹੈਗੇ ਆ, ਠੀਕ ਹੈ। ਤੋ ਮਹਾਰਾਜ ਦਰਸ਼ਨ ਦਾਸ ਜੀ ਇੱਕ ਐਸੇ ਇਸ ਯੁੱਗ ਦੇ ਯੁੱਗ ਪੁਰਸ਼ ਹੋਏ ਆ ਜਿਨ੍ਹਾਂ ਨੇ ਜਦੋਂ ਇਹ ਉਹਨਾਂ ਨੂੰ ਰੱਬ ਵੱਲੋਂ ਮਿਲਿਆ, ਇਹ ਐਲਾਨ ਹੋਇਆ, ਤੇ ਉਸ ਤੋਂ ਬਾਅਦ ਰੱਬ ਨੇ ਹੀ ਉਹ ਕਹਿੰਦੇ ਕਿ ਸਾਨੂੰ ਗਾਈਡ ਕਰਦਾ ਤਾਂ ਅਸੀਂ ਉਹੀ ਕਰਦੇ ਹਾਂ, ਠੀਕ ਹੈ। ਉਹ ਉਹਦੀ ਮੰਨਦੇ ਆ, ਪਰ ਅਸੀਂ ਗੁਰੂ ਦੀ ਕਈ ਵਾਰੀ ਨਹੀਂ ਮੰਨਦੇ। ਉਹ ਕਹਿੰਦੇ ਕਿ ਉਹਨੇ ਮੈਨੂੰ ਦਿੱਤਾ। ਫਿਰ ਮਹਾਰਾਜ ਦਰਸ਼ਨ ਦਾਸ ਨੇ, ਜਿੱਦਾਂ ਮੈਂ ਕਿਹਾ ਕਿ 16 ਫਰਵਰੀ ਨੂੰ ਦਾਸ ਧਰਮ ਦੀ ਸਥਾਪਨਾ ਕੀਤੀ। ਦਾਸ ਮੀਨਸ ਸੇਵਾਦਾਰ। ਕਿਹਦਾ ਸੇਵਾਦਾਰ? ਬੰਦਿਆਂ ਦਾ ਨਹੀਂ, ਰੱਬ ਦਾ ਸੇਵਾਦਾਰ, ਰੱਬ ਦਾ ਨੌਕਰ, ਠੀਕ ਹੈ। ਤੇ ਧਰਮ, ਧਰਮ ਵਾਦਾ ਕਿ ਜਿਹੜਾ ਅਸੀਂ ਆਪਣੇ ਗੁਰੂ ਨਾਲ ਜਿਹਦੇ ਕੋਲ ਆਏ ਹਾਂ ਉਹਦੇ ਨਾਲ ਕੀਤਾ। ਹਜੂਰ ਮਹਾਰਾਜ ਕਿਹਾ ਕਰਦੇ ਸੀ ਕਿ ਜਦੋਂ ਬੱਚਾ ਆਪਣੀ ਮਾਂ ਦੀ ਕੁੱਖ 'ਚ ਹੁੰਦਾ ਤੇ ਪੁੱਠਾ ਲਟਕਿਆ ਹੁੰਦਾ, ਤੇ ਉਹ ਉਸ ਸਮੇਂ 'ਚ ਜਿਹੜੇ 9 ਮਹੀਨੇ ਹੁੰਦੇ ਆ, ਤੇ ਜਦੋਂ ਉਹ ਕਹਿੰਦੇ ਕਿ ਉਹਦੇ ਅੰਦਰ ਰੱਬ ਦੀ ਉਹ ਲਾਈਟ ਆਉਂਦੀ ਹੈ, ਤੇ ਉਹ ਇਹੋ ਹੀ ਰੱਬ ਅੱਗੇ ਫਰਿਆਦ ਕਰਦਾ ਕਿ ਮੈਨੂੰ ਇਸ ਨਰਕ ਕੁੰਡ 'ਚੋਂ ਬਾਹਰ ਕੱਢ, ਮੈਂ ਧਰਤੀ ਤੇ ਜਾ ਕੇ ਤੇਰਾ ਯਸ਼ ਗਾਵਾਂਗਾ, ਤੇਰਾ ਨਾਮ ਜਪਾਂਗਾ, ਠੀਕ ਹੈ। ਉਹ ਵਾਅਦਾ ਕਰਦਾ ਉਹਦੇ ਨਾਲ, ਪਰ ਅਫਸੋਸ ਕਿ ਜਦੋਂ ਇਸ ਦੁਨੀਆ 'ਚ ਆ ਕੇ ਉਹਨੂੰ ਹੋਸ਼ ਆਉਂਦੀ ਹੈ ਤੇ ਸਾਡੇ ਵਰਗੇ ਚਲਾਕ ਮਾਂ ਬਾਪ, ਰਿਸ਼ਤੇਦਾਰ, ਉਹ ਉਹਨਾਂ ਦੀਆਂ ਗੱਲਾਂ 'ਚ ਫਸ ਜਾਂਦਾ, ਪੋਲਿਟਿਕਸ 'ਚ ਫਸ ਜਾਂਦਾ, ਉਹ ਰੱਬ ਦਾ ਸੰਦੇਸ਼ਾ ਭੁੱਲੀ ਜਾਂਦਾ। ਸੋ ਮਹਾਰਾਜ ਜੀ ਕਹਿੰਦੇ ਕਿ ਜਿਹੜਾ ਧਰਮ ਹੈ ਉਹ ਤੁਹਾਡਾ ਵਾਅਦਾ ਹੈ ਜਿਹੜਾ ਤੁਸੀਂ ਆਪਣੇ ਪਰਮਾਤਮਾ ਨੇ ਕੀਤਾ ਕਿ ਮੈਂ ਚੰਗਾ ਬਣਾਂਗਾ, ਨੇਕ ਬਣਾਂਗਾ। ਅਸੀਂ ਕੀ ਸੋਚਦੇ ਹਾਂ ਧਰਮ ਜਿਹੜਾ ਹੈਗਾ ਉਹ ਹਿੰਦੂ, ਮੁਸਲਿਮ, ਸਿੱਖ, ਈਸਾਈ ਹੈ? ਨਹੀਂ, ਉਹ ਮਜ਼ਹਬ ਹੈਗੇ, ਉਹ ਸਾਡੇ ਮਜ਼ਹਬ ਹੈ, ਧਰਮ ਨਹੀਂ ਹੈਗੇ। ਹੁਣ ਤੁਸੀਂ ਦੇਖੋ ਜਿਨ੍ਹਾਂ ਦਾ ਵਿਆਹ ਹੁੰਦਾ, ਠੀਕ ਹੈ, ਤੇ ਉਹ ਆਪਣੀ ਵੋਟੀ ਨੂੰ ਕੀ ਕਹਿੰਦੇ ਆ, ਭਲਾ ਇਹ ਮੇਰੀ ਧਰਮ ਪਤਨੀ ਹੈ? ਕਦੀ ਕਿਸੇ ਨੇ ਕਿਹਾ ਵਾ ਕਿ ਮੇਰੀ ਮਜ਼ਹਬ ਪਤਨੀ ਹੈ ਜਾਂ ਮੇਰੀ ਫਲਾਣੀ? ਉਹ ਕਹਿੰਦੇ ਮੇਰੀ ਧਰਮ ਪਤਨੀ ਹੈ। ਧਰਮ ਮੀਨ ਮੈਂ ਇਹਦੇ ਨਾਲ ਵਾਅਦਾ ਨਿਭਾਇਆ, ਮੈਂ ਇਹਦੇ ਨਾਲ ਪ੍ਰੋਮਿਸ ਕੀਤਾ ਕਿ ਮੈਂ ਸਾਰੀ ਉਮਰ ਤੇਰਾ ਸਾਥ ਨਿਭਾਵਾਂਗਾ ਜਦੋਂ ਫੇਰੇ ਲੈ। ਇਸ ਕਰਕੇ ਉਹਨੂੰ ਧਰਮ ਪਤਨੀ ਕਿਹਾ ਜਾਂਦਾ, ਧਰਮ ਦੀ ਪਤਨੀ। ਸੋ ਧਰਮ ਜਿਹੜਾ ਹਿੰਦੂ, ਮੁਸਲਿਮ, ਸਿੱਖ, ਈਸਾਈ ਨਹੀਂ, ਧਰਮ ਦਾ ਮਤਲਬ ਵਾਅਦਾ। ਸੋ ਮਹਾਰਾਜ ਜੀ ਨੇ ਦਾਸ ਧਰਮ ਬਣਾਇਆ। ਇਸ ਲਈ ਦਾਸ ਧਰਮ ਮਹਾਰਾਜ ਜੀ ਨੇ ਬਣਾਇਆ ਕਿ ਕਹਿੰਦੇ ਆ ਕਿ ਜਿਹੜੀ ਮਨੁੱਖਤਾ ਇਸ ਵੇਲੇ ਡਿੱਗ ਰਹੀ ਹੈ, ਜਿਹੜਾ ਪਿਆਰ ਹਾਂਜੀ ਇਸ ਵੇਲੇ ਅਲੋਪ ਹੋ ਗਿਆ, ਜਿਹੜਾ ਰੱਬ ਦਾ ਪ੍ਰਚਾਰ ਇਸ ਵੇਲੇ ਅਲੋਪ ਹੋ ਗਿਆ, ਜਿਹੜੀ ਰੱਬ ਹਾਂਜੀ ਦੇ ਨਾਂ ਤੋਂ ਡਰ ਉੱਠ ਗਿਆ ਲੋਕਾਂ ਦਾ, ਜਿਹੜੀ ਮਨੁੱਖਤਾ ਡੁੱਬਦੀ ਜਾ ਰਹੀ ਹੈ, ਅਸੀਂ ਉਹਨੂੰ ਉੱਪਰ ਉਠਾਉਣਾ। ਇਸ ਕਰਕੇ ਇਸ ਧਰਮ ਦੀ ਸਿਰਜਣਾ ਹੋਈ ਹੈ ਔਰ ਇਹ ਧਰਮ ਇਸ ਕਰਕੇ ਬਣਿਆ, ਇਹ ਤੁਹਾਨੂੰ ਜਿੰਨੇ ਵੀ ਲੋਕਾਂ ਦੇ ਵੱਖਵਾਦ ਆ ਉਹਨਾਂ ਨੂੰ ਇੱਕ ਕਰੇਗਾ। ਜਾਤ ਪਾਤ ਊਚ ਨੀਚ ਸਭ ਤੋਂ ਰਹਿਤ ਹੋਏਗਾ। ਇਹਦੇ ਵਿੱਚ ਹਾਂਜੀ ਇੱਕ ਤੇ ਸਿਰਫ ਇੱਕ ਦੀ ਉਪਾਸਨਾ ਹੋਏਗੀ, ਮਨੁੱਖ, ਮਨੁੱਖ ਨੂੰ ਹੀ ਇਹਦੇ ਵਿੱਚ ਮਾਣ ਦਿੱਤਾ ਜਾਏਗਾ। ਸੋ ਇਸ ਕਰਕੇ ਮਹਾਰਾਜ ਜੀ ਨੇ ਕਿਹਾ ਇਹ ਨਹੀਂ ਹੈਗਾ ਕਿ ਇਹ ਇੱਕ ਵੱਖਰਾ ਰਸਤਾ ਹੈਗਾ, ਪਰ ਉਹ ਕਹਿੰਦੇ ਕਿ ਜਿਹੜੇ ਲੋਕੀ ਆਪਣੇ ਰਾਹਾਂ ਤੋਂ ਖੁੰਝ ਚੁੱਕੇ ਨੇ, ਆਪਣੇ ਮਾਰਗ ਤੋਂ ਭਟਕ ਚੁੱਕੇ ਹਾਂਜੀ ਨੇ, ਉਹਨਾਂ ਲੋਕਾਂ ਨੂੰ ਸਿੱਧੇ ਰਾਹ ਤੇ ਲਿਆਉਣ ਵਾਸਤੇ, ਰੱਬ ਦੇ ਮਾਰਗ ਤੇ ਚਲਾਉਣ ਵਾਸਤੇ ਇਹ ਦਾਸ ਧਰਮ ਬਣਾਇਆ ਗਿਆ। ਮਹਾਰਾਜ ਨੇ ਕਿਹਾ
भूल गयो वचन गुरुवन के, दियो हाँ जी फिर समझाई, हाँ जी दास धर्म चल्यो कल माहे, जिसके हाँ साईं जी दर्शन गम गुसाई। सो ये हाँ कोई जी वक्खरी चीज नहीं हैगी, ये जिहड़े धर्म बने सी अगे उन्हां सारयां नूं इकट्ठे करन वास्ते उन्हां दा एक लीडर सिरताज। और आंदे समय दे विच महाराज जी कहिंदे सी कि जदों उन्हां ने आना, ये सब धर्म एक ही जी धर्म दे विच जुड़ जाणगे। हाँ जी हाँ जी दास जी, अगला मेरा क्वेश्चन यही सी, धर्म ते मजहब दे विच भी की अंतर है? हाँ नहीं, वो मैं हुणे तुहानूं दस्सिया ना कि मजहब हैगे जी साडे, हाँ जिन्हों जी असीं हिंदू ते मुसलमान सिख ईसाई कहिंदे, वो साडे मजहब है, बहुत हाँ वो धर्म नहीं। ठीक जी है, हाँ जी हाँ जी हाँ जी दास जी, एक भी जिम्मे आप हमने भी सत्संग करना जरूरी है हर एक बंदे वास्ते भी, कई बार आप नहीं भी सत्संग दे विच हुंदे, जे आप घरे काम कर रहे हुंदे आ, पर अपना जिहड़ा ध्यान आ ओ सत्संग दे विच हुंदा है, ते एक बार टाइम आप सत्संग दे विच हुंदे हुए भी सत्संग दे विच नहीं हुंदे, दास जी ये मैनू समझाओ, सत्संग दे विच जाना जरूरी है हर एक लई? देखो इदा है कि सत्संग कीर्तन ते सेवा जब तक हाँ तुहाडा मन ओहदे विच नहीं हैगा तद तक ओ सफल नहीं हाँ हुंदा। जिस तरह कई संतां दे नाल 24 घंटे अठो पैर रहिंदे ने, पर उन्हां दा हाँ ध्यान जी उस संतां दे नाल नहीं हुंदा। उन्हां दा ध्यान हुंदा जिवें ओह किसे एक्टर दे नाल, किसे ओह पॉलिटिशियन दे नाल हैगे ने। ठीक है, ओह अपनी होंद दिखांदे ने। ठीक है, उन्हां नूं हाँ ओ चीज दा फल नहीं मिलना जिहड़े 12 घंटे उन्हां ने संतां नाल गुजारे, उन्हां नूं ओहदा कोई फल नहीं मिलना। फल उन्हों मिलना जिहड़ा संतां तों दूर बैठा ते उन्हां बारे सोचदा है कि कदों मैनूं टाइम मिलेगा ते मैं संतां दे नाल गल करांगा, महाराज नाल गल करांगा, ठीक है, अपने बाबा जी नाल गल करांगा। ओह उन्हों मिलना कि ओहदी 24 घंटे धुनी हुई लगी रहनी, किदां ओह समां आएगा जदों मैं उन्हां नाल गल करांगा, मैं मिलांगा, मैं भी उन्हां दे कोल जावांगा, मैं उन्हां दे कोल जावांगी। ठीक है, सो ये हैगा कि जदों कई वारी इहो जिहा टाइम आंदा कि आप जी सत्संग च जाना चाहते हो लेकिन घर दी कोई इहो जी परेशानी आ जाती है, खास करके लगा लो कि भी वाइफ है ते हसबेंड कहिंदा नहीं असीं होर कितने जाना। ठीक है, ते आप जी कहना नहीं मोड़ सकते जे उन्हां दा इन्ना बिलीव नहीं हैगा। हुण घर च लड़ाई पाउण दी बजाए आप जी उन्हां दा कहना मन्नो, चलो जी जिथे आपने जाना चलो। हुण उस दिन हाँ की है जी कि जिथे तुसीं आप जी उन्हां नाल गए तुहाडा ध्यान उधर नहीं हैगा, पर तुसीं चले गए, आप जी दा हाँ ध्यान जी लगा होया कि जे मैं सत्संग च जांदी उत्थे बैठना सी, इस वेले सत्संग सुनना सी, महाराज जी बैठे होने हैं, बाबा जी कीर्तन करदे होने हैं। ठीक है, जिथे तुसीं जांदे हो, ठीक है, ते तुहाडा ध्यान लग्गिया होना कि इस वेले संगत ने लंगर छक लिया होना है, इस वेले हुण सत्संग खत्म होण वाला होना है। ठीक है, तुहाडा ध्यान उधर लग गया, तो तुहाडी उत्थे ना होंदिया होया भी आप जी की हाजिरी लग गई। अच्छा, हाँ जी कई जेडे हैगे है वो सोचते कि चलो आज फिल्म देख लिए जां उत्थे चल जाइए, पर वो कहिंदे जे नहीं गया ना उन्हें कहना देखिया जाया नहीं। अच्छा, फलाने ने कहना देखिया अज मैं गया तू नहीं आया, तो वो सिर्फ ये दिखाने वास्ते कि मैं हर संग्राम ते, मैं हर मस्या ते, मैं हर भंडारे ते जांदा जां जांदी हां, मैं कदी मिस नहीं कीता ते देखिया, पर उन्हां दा ध्यान उत्थे नहीं। उन्हां दा ध्यान ये सी कि अज जे उधर चले जांदे ओह पार्टी सीगी, ओह किसे दे घर अज बच्चा होया सी उत्थे जाना सी, जां किसे घर वधाई देनी सी, फिल्म ही देखण चल जांदे, अज शॉपिंग ही कर लैंदे। उन्हां दा दर ते रह के, उस दरबार ते रह के, गुरु घर च रह के ध्यान बाहर लग्गिया होया, उन्हां नूं ओहदा फल नहीं मिलना। इहो ही कारण है असीं कहिंदे हां कि मैनूं 7 साल हो गए दरबार च रहिंदे, 7 साल हो गए सेवा करदिया, कुछ मिलिया नहीं, कुछ प्राप्त नहीं होया। तू पाया हाँ की है, जी कमाया तो है नहीं, तेरा शरीर उत्थे है पर तेरा मन ओल विच बाहर हुंदा है। हाँ जी इसलिए ये कदी भी नहीं सोचना चाहिए, तुहाडी सोच तुहाडी ध्यान उधर टिकया होना चाहिए गुरु के चरणां ते, आप जी नूं पूरा फल मिलेगा। हुण जिस तरह असीं भी चलो महाराज जी दे नाल टाइम मिलिया हुंदे सीगे, हुण कई वारी उस नाल बैठे हुंदे सी उन्हां नाल ते ध्यान होर पासे हुंदा सी, उधर देखण चल जाना जां उठ के चल जाना कुछ होर करन वास्ते चल जाना, पर जिहड़ियां संगतां आईयां हुंदियां हाँ सी जी एक मिंट भी महाराज जी दे चेहरे तों अपनियां अक्खां परां नहीं करदियां सीगियां। ठीक है, क्योंकि उन्हां जी नूं उस चीज़ का सुरूर आंदा सी। इसलिए हुण की है कि जिहड़े सोचदे आ कि महाराज दे नाल रहिंदे आ, महाराज दे नाल उठदे आ बैठदे आ, हाँ
ਉਹ ਇੱਕ ਡਿਊਟੀ ਵਜੋਂ ਨਾਲ ਹੈਗੇ ਨੇ, ਠੀਕ ਹੈ, ਕਿ ਵੀ ਹਾਂ ਮੈਂ ਨਾਲ ਹੈਗਾ, ਜੇ ਮੈਂ ਨਹੀਂ ਗਿਆ, ਜੇ ਮੈਂ ਨਹੀਂ ਇਹ ਕੰਮ ਕੀਤਾ ਤਾਂ ਮੈਂ ਪਿੱਛੇ ਪੈ ਜਾਣਾ, ਪਰ ਉਹਨਾਂ ਦਾ ਧਿਆਨ ਉਹ 'ਚ ਹਾਂਜੀ ਨਹੀਂ ਹੈਗਾ। ਹੁਣ ਫਾਰ ਐਗਜ਼ਾਮਪਲ, ਨਾਲ ਹੁੰਦਿਆਂ ਹੋਇਆਂ ਉਹਨਾਂ ਨੇ ਕਿਸੇ ਦਿਲ ਦਿਖਾਤਾ, ਕਿਸੇ ਨੇ ਕਿਹਾ ਮੈਂ ਮਹਾਰਾਜ ਨੂੰ ਮਿਲਣਾ, ਉਹਨਾਂ ਝੂਠ ਬੋਲਤਾ, ਮਹਾਰਾਜ ਜੀ ਹੈ ਹੀ ਨਹੀਂ, ਬਾਬਾ ਜੀ ਤੇ ਅੰਦਰ ਹੈ ਹੀ ਨਹੀਂ, ਠੀਕ ਹੈ, ਜਾਂ ਉਹਨਾਂ ਦੀ ਆਪ ਜੀ ਨਾਲ ਨਹੀਂ ਹਾਂਜੀ ਬਣਦੀ, ਉਹਨਾਂ ਨੇ ਤੁਹਾਨੂੰ ਮਿਲਾਉਣਾ ਹੀ ਨਹੀਂ ਜਾਂ ਤੁਹਾਨੂੰ ਦੱਸਣਾ ਹੀ ਨਹੀਂ। ਸੋ ਇਹ ਪਾਪ ਹੈ, ਹਾਂਜੀ ਇਹ ਤੁਸੀਂ ਸਮਝ ਲਓ ਕਿ ਰੱਬ ਦੇ ਕੋਲ ਰਹਿੰਦੇ ਆ, ਪਾਪ ਕਰ ਰਹੇ ਹੋ, ਉਹਨਾਂ ਤੁਹਾਨੂੰ ਕੁਛ ਨਹੀਂ ਕਹਿਣਾ, ਪਰ ਤੁਸੀਂ ਆਪਣਾ ਪਾਪ ਦਾ ਭਾਂਡਾ ਭਰ ਦਿਓ। ਸਗੋਂ ਤੁਹਾਡੇ 'ਚ ਉਹਨਾਂ ਦੇ ਨਾਲ ਰਹਿ ਕੇ ਇੰਨੀ ਨਿਮਰਤਾ ਆ ਜਾਣੀ ਚਾਹੀਦੀ ਹੈ, ਇੰਨੀ ਧਮਲ ਮਜਾਜ ਆ ਜਾਣਾ ਚਾਹੀਦਾ ਹੈ ਕਿ ਜਦੋਂ ਤੁਸੀਂ ਕਿਸੇ ਨਾਲ ਗੱਲ ਕਰੋ, ਉਹ ਕਹਿੰਦੇ ਵਾਹ ਕਿਆ ਬਾਤ ਹੈ ਯਾਰ, ਇਹ ਇਦਾਂ ਦਾ ਹੈ, ਤੇ ਗੁਰੂ ਕਿੱਦਾਂ ਦਾ ਹੋਏਗਾ, ਕਮਾਲ ਆ, ਮਹਾਰਾਜ ਦੇ ਸੇਵਕ ਦੇਖੋ, ਮਹਾਰਾਜ ਦੇ ਰਹਿਣ ਵਾਲੇ ਨਾਲ ਦੇਖੋ, ਇਹਨਾਂ ਨੂੰ ਵੀ ਰੰਗ ਚੜ ਗਿਆ। ਜਦੋਂ ਮਹਾਰਾਜ ਜੀ ਮਿਲਦੇ ਨੇ, ਹਾਂਜੀ ਬਾਬਾ ਜੀ ਮਿਲਦੇ ਨੇ, ਜਾਂ ਕਿਸੇ ਕੋਲ ਜਿੱਥੇ ਵੀ ਕੋਈ ਜਾਂਦਾ, ਉਹ ਉਹਨਾਂ ਨੂੰ ਖੁਸ਼ ਹੋ ਕੇ ਮਿਲਦੇ ਨੇ, ਠੀਕ ਹੈ, ਹਾਂਜੀ ਮਤੇ ਖੁਸ਼ੀ ਨਾਲ ਗੱਲਾਂ ਕਰਦੇ ਨੇ, ਉਹਨਾਂ ਦੇ ਚਿਹਰੇ ਤੇ ਹਮੇਸ਼ਾ ਹਾਂਜੀ ਖੁਸ਼ੀ ਹੁੰਦੀ ਹੈ, ਠੀਕ ਹੈ, ਨੂਰ ਝਲਕਦਾ। ਫਿਰ ਜਿਹੜੇ ਨਾਲ ਰਹਿਣ ਵਾਲੇ, ਉਹਨਾਂ ਨੂੰ ਤੇ ਕੁਛ ਨਾ ਕੁਛ ਤੇ ਅਸਰ ਹੋਣਾ ਚਾਹੀਦਾ ਨਾ, ਉਹਨਾਂ ਨੂੰ ਤਾਂ ਨਾ ਹਾਂਜੀ ਹੁੰਦਿਆਂ ਹੋਇਆਂ ਵੀ ਇੱਕ ਜਿਹੜਾ ਸੇਵਕ ਚਾਹੁੰਦਾ ਮਿਲਣ ਵਾਸਤੇ, ਉਹਨੂੰ ਸਗੋਂ ਕੋਸ਼ਿਸ਼ ਕਰਕੇ ਮਿਲਾਉਣਾ ਚਾਹੀਦਾ, ਗੱਲ ਕਰਾਉਣੀ ਚਾਹੀਦੀ, ਤਾਂ ਕਿ ਉਹਦਾ ਜਿਹੜਾ ਵਿਸ਼ਵਾਸ ਹੋਰ ਵੱਧ ਜਾਏ ਔਰ 1000 ਸੀਸਾਂ ਦੇਗਾ ਉਹ ਸੇਵਕ। ਹਾਂਜੀ ਹਾਂਜੀ ਦਾਜੀ, ਮੈਂ ਤੁਹਾਡੇ ਆਂਸਰ ਤੋਂ ਇੰਨੀ ਸੰਤੁਸ਼ਟ ਹਾਂ ਨਾ, ਇਹ ਵੀ ਬਹੁਤ ਹੀ ਜ਼ਿਆਦਾ। ਦਾਜੀ, ਇੱਕ ਮੈਂ ਆਪ ਜੀ ਨੂੰ ਕੁਐਸਚਨ ਕਰਨਾ ਚਾਹੁੰਦੀ ਸੀਗੀ ਵੀ ਆਪਣੇ ਜਿਹੜੇ ਗੁਰੂ ਮਹਾਰਾਜ ਦਰਸ਼ਨਦਾਸ ਜੀ ਆ, ਉਹਨਾਂ ਜੀ ਨੇ ਆਪਣੇ ਵਾਸਤੇ ਜਿਹੜੀ ਇਹ ਚਿੱਟੀ ਵਰਦੀ ਹੈ, ਇਹਨੂੰ ਇਹਦਾ ਰੰਗ ਚਿੱਟਾ ਹੀ ਕਿਉਂ ਰੱਖਿਆ? ਦੇਖੋ, ਇਦਾਂ ਹੈ ਕਿ ਸਾਡੇ, ਤੁਸੀਂ ਦੇਖਿਆ ਹੋਣਾ ਦਰਬਾਰ 'ਚ, ਉੱਥੇ ਸਫੇਦ ਨਿਸ਼ਾਨ ਸਾਹਿਬ ਹੈ, ਲੋਨੀ ਦਰਬਾਰ ਸਫੇਦ ਨਿਸ਼ਾਨ ਸਾਹਿਬ, ਉਹ ਹੈ ਸ਼ਾਂਤੀ ਦਾ ਪ੍ਰਤੀਕ, ਠੀਕ ਹੈ, ਤੇ ਚਿੱਟੀ ਵਰਦੀ, ਉਹਨਾਂ ਇਹ ਕਿਹਾ ਕਿ ਜਿੰਦਿਆਂ ਜੀ ਆਪਣੇ ਤਨ ਤੇ ਕਫਨ ਪਾਣਾ, ਔਰ ਇਹ ਕੋਈ ਕੋਈ ਕਰ ਸਕਦਾ ਹੈ, ਕਹਿੰਦੇ ਨਹੀਂ ਕਿ ਕਾਮੀ ਕਰੋ ਦੀ ਲਾਲਚੀ, ਇਨਸੇ ਭਗਤੀ ਨਾ ਹੋਏ, ਭਗਤੀ ਕਰੇ ਕੋਈ ਸੂਰਮਾ, ਜਾਤ ਵਰਨ ਕੁਲ ਖੋਏ, ਕਹਿੰਦੇ ਦਾਸ ਧਰਮ ਦੇ ਵਿੱਚ ਉਹ ਹੀ ਆ ਸਕਦਾ ਹੈ ਜਿਹੜਾ ਜਿੰਦਿਆਂ ਜੀ ਆਪਣੇ ਤਨ ਤੇ ਕਫਨ ਪਾ ਸਕਦਾ ਹੈ। ਤੇ ਅੱਜ ਸੋਨਾ ਜੀ, ਟਾਈਮ ਮੇਰਾ ਕਾ ਹੁਣੇ ਹੀ ਬੰਦ ਹੋ ਜਾਣਾ, ਤੇ ਮੇਰਾ ਖਿਆਲ ਆਪਾਂ ਨੂੰ ਇੱਕ ਹੋਰ ਐਪੀਸੋਡ ਕਰਨਾ ਪੈਣਾ, ਇੱਕ ਨਹੀਂ ਪਤਾ ਨਹੀਂ 40 ਐਪੀਸੋਡ ਕਰਨੇ ਪੈਣੇ ਆ, ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਤੇ ਮੈਂ ਹਾਂ, ਤੇ ਸੇਵਕਾਂ ਨੂੰ ਇਹ ਤੋਂ ਕੁਛ ਨਾ ਕੁਛ ਮਿਲੇਗਾ, ਅਗਰ ਸਾਡੇ ਦੋਨਾਂ ਕੋਲ ਕੋਈ ਗਲਤੀ ਹੋ ਗਈ ਹੈ ਤੇ ਮਾਫੀ ਚਾਹੁੰਦੇ ਆ। ਨਾਨਕ ਨਾਮ ਚੜ੍ਹਦੀ ਕਲਾ, ਚੜ੍ਹਦੀ ਕਲਾ ਤੇਰੇ ਤੇਰੇ ਭਾਣੇ ਪਾਣੀ ਸਰਬੱਤ ਦਾ ਸਤਿ ਭਲਾ, ਹੁਣ ਕਹੀਏ ਧੰਨ ਗੁਰੂ ਦਰਸ਼ਨ, ਦਰਸ਼ਨ। ਧੰਨ ਗੁਰੂ ਦਰਸ਼ਨ, ਧੰਨ।